हेलो गाइस, गुड मॉर्निंग। सवेर हड्डी हो चुकी है तो नाता हजे है नहीं, तो जाना पहला इन छन कॉलेज वास्ते हो गई रेडी। आओ माता हमने बैठे जी चाच, हेलो करो माता जी। माता हमने चाच ही बड़े बिजी है तो हूँ ही चाहवे इन छन अपने भंगड़े या जाएगी कॉलेज, मुड़के सारा दिन करेंगे इंजॉय तो तुम असी दसते रहेंगे। हाँ जी गाइस, पहुँच चुके हैं अपने बस स्टॉप पे, जाना हूँ कॉलेज। चल बाय बाय कर दे, जाना हूँ। हाँ जी गाइस, नहा धो के हो चुकी हैं रेडी, हम जाएंगे दुकान पर। तो अज की हड़ी राइड रहेगी बुलेट, इतने ही जावे हम दुकान पर, परने का ब्लॉग भी तुम जरूर पावे। चंगा मिलते दुकान पर जाके। हाँ जी गाइस, देखो पहुँच गए हैं दुकान पर, भाजी बैठे होंगे अनिकेत भाजी। की हाल है भाजी? भाजी निके भीर दा 19 नवंबर नूं ब्याह, तुहानूं कल दे ब्लॉग च भी दस्सिया हैगा 19 नवंबर नूं ब्याह, मैनूं कोटिया फार्म पहुंच गया सारे। पर जिहड़ा कल वाला ब्लॉग सी उहनूं किसे रीजन करके डिलीट करना पिया, कुछ बंदे ब्लॉग दे विच इहो जिहे सीगे जिहड़े अपणियां मतलब गल्लां दा गुस्सा करदे सी, तां उहनां करके सानूं जिहड़ा ब्लॉग डिलीट करना पिया। बट हुण अहीं जिहड़े हैगे अपने अपने बंदे रखांगे सारे, अनिकेत भाजी है, विशे निक्का भाजी है, सारे जिगर दे टुट्टे ने सारे, बस उही बंदे रखांगे। फालतू बंदा ब्लॉग दे विच हुण तां कोई नहीं आऊगा। असीं चलदे आ भाजी चाह लैण, जावांगे मने भाजी तुसीं चाह लैण। एक ही बंदा अपना बेस्ट चाह वाला इतने नाल अपने अनिकेत भाजी तुरे जे भाजी, इधर आओ इधरले पास बस पुजा लगे मने भी इतना पहुँच ही गए, बस दो कदम रह गए अपने मने भाई तो पुजन की। हाँ जी जी, पुज चुके हैं अपने मने भाजी तो। भाजी ऐ करो चार कप चाह बना दो, बहुत चाह ही बहुत। अनिकेत भाजी अपने नाल ही है भाई, तुम खाना तो नहीं चाहोगे कुछ? पैसे दे सारा चाह दो, फिर चाह का भाई टेस्ट इन्ना वधिया होंदा भी सानू इत्थे थोड़ा देर बहना भी पैंदा चाह लैण वास्ते, बाकी तुहानू अहीं दस्सांगे जरूर चाह दा स्वाद। ओ जी मित्रो, लफाफा देखो किवें फूका मार मार लफाफा ही चौड़ा किया, चार बाबे चुंगा ਚੰਗਾ ਫਰੀ ਕਿਆ ਬਾਤ ਇਹ ਭਾਈ ਤੋਂ ਜਦੋਂ ਵੀ ਤੁਸੀਂ ਆਉਂਗੇ ਨਾ ਭਾਈ ਨੂੰ ਜਿਆਦਾ ਜਿੰਨੇ ਮਰਜ਼ੀ ਕਹੇ ਤੋ ਭਾਈ ਨਾਲ ਝੂੰਗਾ ਤਾਂ ਜ਼ਰੂਰ ਦੇਣਾ, ਦਿਲ ਦੇ ਰਾਜੇ ਆ ਬਾਊ ਜੀ। ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕੋਈ ਪਹਿਲਾਂ ਹੀ ਚਾਹ ਆਪਣੇ ਲਫਾਫੇ 'ਚ ਪਾ ਰਹੇ ਸੀਗੇ ਤੇ ਆਹ ਸਾਡੀ ਲਫਾਫੇ 'ਚ ਪਾ ਕੇ ਚਾਹ ਆ ਚੁੱਕੀ ਹੈ, ਇਹਨੂੰ ਅਸੀਂ ਪਾਵਾਂਗੇ ਕੱਪਾਂ ਦੇ ਵਿੱਚ। ਹਾਂਜੀ ਸੋਹਣਿਓ, ਚਾਹ ਪਾਲੀ ਜੀ ਅਸੀਂ ਆਪਣੇ ਕੱਪਾਂ ਦੇ ਵਿੱਚ, ਉੱਧਰ ਮੈਂ ਵੀ ਗਲਾਸੀ ਚੱਕੀ ਆ, ਬਾਕੀ ਭਾਜੀ ਹੁਣਾਂ ਨੂੰ ਅਸੀਂ ਦਿੱਤੇ ਉੱਧਰ ਕੱਪ। ਕਿਆ ਲਾਜਵਾਬ ਚਾਹ ਹੈ ਬਾਈ ਜੀ, ਨਜ਼ਾਰੇ ਬਣਤੇ ਮੈਂ ਗਿਆ। ਚਾਹ ਦੀ ਜਿਹੜੀ ਖੁਸ਼ਬੂ ਹੈ ਨਾ, ਉਹ ਮੈਂ ਕਿਹਾ ਦੁੱਖ ਤੋੜ ਚਾਹ ਹੈ, ਮੇਰਾ ਇਸ਼ਕ ਪੂਰਾ। ਭਾਈ ਫੋਨ 'ਚੋਂ ਬਾਹਰ ਨਿਕਲ ਜਾ ਕਰੋ ਭਾਈ, ਕੀ ਕਰੀਏ ਇਹਨਾਂ ਨੂੰ ਵੀ ਟਾਈਮ ਦੇਣੇ ਪੈਣਾ ਯਾਰ। ਕਿਆ ਬਾਤ ਹੈ, ਟਾਈਮ ਦੀ ਬਹੁਤ ਅੱਜ ਕੱਲ੍ਹ ਡਿਮਾਂਡ ਹੈ, ਅਸੀਂ ਤਾਂ ਚਲੋ ਹੈ ਹੀ ਵਿਹਲੇ ਹਾਂ, ਕੀ ਕਰਨਾ। ਓਹੋ ਕਿਆ ਬਾਤ ਆ, ਚਾਹ ਦਾ ਸਵਾਦ ਹੈ ਕਿਤੇ ਹੋਵੇ ਸਿਰਾ ਬਾਬਿਓ, ਆਓ ਕਿਤੇ ਮਿਲਣ ਤੁਹਾਨੂੰ ਚਾਹ ਪਿਲਾਵਾਂਗੇ ਇੱਥੇ ਭੰਗਾਲੇ। ਹਾਂਜੀ ਸੋਹਣਿਓ, ਬਾਕੀਆਂ ਸਾਰਿਆਂ ਨੂੰ ਤਾਂ ਤੁਸੀਂ ਮਿਲ ਲਿਆ, ਆਹ ਸਾਡੇ ਇੱਕ ਭਾਜੀ ਰਹਿ ਗਏ ਸੀ ਬੋਵੀ ਭਾਜੀ, ਠੀਕ ਠਾਕ ਹੋ ਭਾਜੀ? ਹੋਰ ਭਾਜੀ ਵਧੀਆ, ਹੋਰ ਕੋਈ ਸੁਣਾਓ ਵਿਹਲੇ ਭਾਜੀ? ਤੁਹਾਡੇ ਸਾਹਮਣੇ ਚਾਹ ਪੀਂਦੇ, ਮੰਨੇ ਤੋਂ ਚਾਹ ਲੈ ਕੇ ਆਏ ਸਪੈਸ਼ਲ। ਚਾਹ ਦਾ ਨਜ਼ਾਰਾ ਲੈ ਕਰਦੇ, ਚਾਹ ਨੇ ਤਾਂ ਦਿਨ ਚੜ੍ਹਦਾ ਆ, ਇਹ ਤੋਂ ਬਣਾ ਕੇ ਥੋੜ੍ਹੀ ਖੁੱਲਦੀ। ਉਹ ਤਾਂ ਸਹੀ ਹੈ ਭਾਈ, ਕੋਈ ਨਹੀਂ ਮਿਲਦੇ ਤੁਹਾਨੂੰ, ਬਾਕੀ ਸਾਰਾ ਦਿਨ ਤੁਹਾਡੇ ਨਾਲ ਹੀ ਆ ਜਾਈ। ਓਕੇ ਓਕੇ ਭਾਈ, ਫਿਰ ਤੁਹਾਨੂੰ ਲੈ ਕੇ ਆ ਗਏ ਹੁਣ ਅਸੀਂ ਆਪਣੇ ਪੁਨੀਤ ਭਾਈ ਦੀ ਦੁਕਾਨ 'ਤੇ, ਭਾਈ ਦਾ ਫੋਨਾਂ ਦਾ ਕੰਮ ਹੈ, ਬਾਅਦ ਭਾਜੀ ਫੋਨ ਲਾਉਂਦੇ ਪਏ। ਪੁਨੀਤ ਭਾਈ ਹਾਂਜੀ, ਘੁੰਮਿਓ ਇੱਧਰ ਨੂੰ। ਹੋਰ ਜੀ ਕਿੱਦਾਂ, ਸਭ ਠੀਕ ਠਾਕ ਹੋ? ਰਾਜੀ ਖੁਸ਼ੀ ਹੋ? ਆਓ ਆਪਣੇ ਕੋਲ ਕੋਈ ਵੀ ਫੋਨ ਦਾ ਫੋਲਡਰ, ਕੋਈ ਵੀ ਨਵਾਂ ਬ੍ਰੈਂਡ ਨਿਊ ਕਿਸ਼ਤਾਂ 'ਤੇ ਕੋਈ ਫੋਨ ਲੈਣਾ
ਸਾਰਾ ਕੁਛ ਆਪਣੇ ਕੋਲ ਮਿਲਦਾ ਹੈਗਾ ਬਾਕੀ ਆਪਣਾ ਮਨ ਕਿਰਤ ਤੁਹਾਨੂੰ ਪ੍ਰਮੋਸ਼ਨ ਸ਼ੁਰੂ ਪੂਰੀ ਸਪਸ਼ਟੀਕਰਨ ਦੇਗਾ ਆਪਣੇ ਬਾਰੇ ਆਪਣਾ ਨਾਮ ਲੋਕਲ ਲੋਕਲ ਏਰੀਆ ਚ ਵੈਸੇ ਸਾਨੂੰ ਤਕਰੀਬਨ ਲੋਕੀ ਕਈ ਜਾਣਦੇ ਵੀ ਹੈਗੇ ਪੁਨੀਤ ਦੇ ਪ੍ਰੋਡਕਟਸ ਦੇ ਪ੍ਰੋਡਕਟ ਮਿਲ ਲੈਂਦੇ ਸਾਡੇ ਬੜੇ ਮੀਵੀ ਮੂਵੀ ਦੇ ਪ੍ਰੋਡਕਟ ਵੀ ਹੈਗੇ ਸਾਡੇ ਕੋਲ ਬੜਾ ਉਹ ਪ੍ਰੋਡਕਟਸ ਕਹੇ ਪ੍ਰੋਡਕਟਸ ਹਰ ਇੱਕ ਚੀਜ਼ ਦੇ ਤੁਹਾਨੂੰ ਇੱਥੇ ਮਿਲਣਗੇ ਆ ਮੀਵੀ ਦੇ ਆਪਣੇ ਹੈਗੇ ਏਅਰ ਫੋਨ ਵਗੈਰਾ ਮੀਵੀ ਦੀਆਂ ਸਾਊਂਡ ਬਾਰ ਫੋਨ ਜਿਹੜਾ ਤੁਹਾਨੂੰ ਚਾਹੋਗੇ ਕਿਸ਼ਤਾਂ ਤੇ ਜਿੱਦਾਂ ਦਾ ਚਾਹੋਗੇ ਜੇ ਤੁਹਾਡਾ ਨਾ ਜੀਰੋ ਪੇਮੈਂਟ ਵੀ ਹੋ ਜਾਊਗੀ ਨਹੀਂ ਝੂਠ ਨਾ ਮਾਰੋ ਨਹੀਂ ਹੋਈ ਕਰਦਾ ਉਹਦੀ ਦਬੀ ਹੋਈ ਹੈ ਚਲੋ ਕੋਈ ਗੱਲ ਨਹੀਂ ਜੀਰੋ ਪੇਮੈਂਟ ਨਹੀਂ ਹੋਊਗੀ ਥੋੜੀ ਬਹੁਤੀ ਪੇਮੈਂਟ ਦੇਣੀ ਪਊਗੀ ਬਾਕੀ ਤੁਹਾਡਾ ਫੋਨ ਵੀ ਫਾਈਨਾਂਸ ਕਰ ਦਾਂਗੇ ਬਾਕੀ ਕੋਈ ਨਹੀਂ ਤੁਸੀਂ ਆਓ ਡਿਟੇਲਸ ਤੁਹਾਨੂੰ ਦਿੰਦੇ ਰਵਾਂਗੇ ਸਾਰੀ ਕੰਪਨੀ ਦੇ ਫੋਨ ਹੈਗੇ ਆਈਫੋਨ ਈਵਨ ਸਾਰੇ ਫੋਨ ਹੈਗੇ ਇਹ ਤੇ ਸਿਰਫ ਅਜੇ ਥੋੜੇ ਫੋਨ ਆਏ ਬਾਕੀ ਸਾਡੇ ਇਹ ਤੇ ਬਸ ਡੈਮੋ ਲਈ ਹੈ ਬਾਕੀ ਆਈਫੋਨ ਆਪਣੇ ਬਸ ਕਰ ਉਹਨਾਂ ਨੂੰ ਇੱਕ ਵਾਰੀ ਪ੍ਰੋਮੋਸ਼ਨ ਕਰਨ ਲੱਗ ਪਿਆ ਆਪਣੀਆਂ ਗੱਲਾਂ ਬਾਤਾਂ ਵੀ ਦੇ ਦੇਣਾ ਹੈ ਆਈਫੋਨ ਆਪਣੇ ਗੱਲੇ ਵੀ ਦੇਣਾ ਨਾਈਸ ਬ੍ਰਦਰ ਵੈਲ ਡਨ ਆਹ ਹੀ ਫੋਨ ਦੀ ਪ੍ਰੋਮੋਸ਼ਨ ਸਾਰੇ ਥੱਲੇ ਕੋਈ ਨਹੀਂ ਜਦ ਤੁਸੀਂ ਮਿਲ ਹੀ ਲਿਆ ਬਸ ਤੁਹਾਨੂੰ ਇੰਟਰੋਡਕਸ਼ਨ ਕਰਾਉਣੀ ਪਈ ਨਾ ਬੜੇ ਥੋੜੀਆਂ ਜ਼ਿਆਦਾ ਹੀ ਗੱਲਾਂ ਮਾਰਨ ਲੱਗ ਪੈਂਦਾ ਆਪਣੀ ਪ੍ਰੋਮੋਸ਼ਨ ਕਰਨ ਲੱਗ ਪਈ ਨਾਲ ਹੀ ਕੋਈ ਨਹੀਂ ਤੇਰਾ ਤੇ ਪੇਜ ਐਡਾ ਲੱਖਾਂ ਵਾਲਾ ਨਾ ਬਾਕੀ ਇੱਥੇ ਹੀ ਸਾਰਾ ਦਿਨ ਹਾਂਜੀ ਬਾਬੇ ਦੁਕਾਨ ਤੋਂ ਨਿਕਲੇ ਹੀ ਗਏ ਸੀ ਰੋਟੀ ਖਾਣ ਵਾਸਤੇ ਘਰ ਨੂੰ ਅਤੇ ਫਿਰ ਯਾਦ ਆਇਆ ਕਿ ਮੋਟਰਸਾਈਕਲ ਥੋੜ੍ਹੀ ਐਮਨੇਸ਼ਨ ਵੀ ਕਰਾਉਣੀ ਹੈ ਮੈਂ ਬੈਕਗਰਾਊਂਡ ਆਵਾਜ਼ ਨੂੰ ਥੋੜ੍ਹਾ ਇਗਨੋਰ ਹੀ ਕਰਿਓ ਹੁਣ ਮੈਂ ਰੁਕਿਆ ਆਪਣੇ ਰਾਜਨ ਭਾਈ ਤੋਂ ਰਾਜਨ ਭਾਜੀ ਕਰ ਰਹੇ ਮੋਟਰਸਾਈਕਲ ਦੀ ਐਮਨੇਸ਼ਨ ਰਾਜਨ ਭਾਈ ਕਿਵੇਂ ਹੋ ਵਧੀਆ ਸਰ ਠੀਕ ਠਾਕ ਹੋ ਸੇਤਾ ਵਧੀਆ ਸਭ ਭਾਅ ਜੀ ਯੂਟਿਊਬ 'ਤੇ ਪੈਣਾ ਪਊਗਾ ਬਾਕੀ ਵੀ ਤੁਹਾਨੂੰ ਭੇਜਾਂ ਜੀ ਰਾਜਨ ਭਾਈ ਨੇ ਲੈਮੀਨੇਸ਼ਨ ਕੀਤੀ ਹੈ ਬਹੁਤ ਵਧੀਆ ਪਤਾ ਨਹੀਂ ਲੱਗਦਾ ਪਿਆ ਸਕਰੈਚ ਦਾ ਬਾਕੀ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਘਰ ਕੋਲ ਜੀ ਬਾਬੇ ਘਰ ਪਹੁੰਚ ਚੁੱਕੇ ਜੀ ਅਤੇ ਪਹਿਲਾਂ ਤਾਂ ਮੈਂ ਲਗਾ ਰਿਹਾ ਆਪਣੇ ਫੇਵਰੇਟ ਕਾਰਟੂਨ ਡੋਰੀਮੋਨ ਇਹਨਾਂ ਤੋਂ ਬਿਨਾਂ ਤਾਂ ਮੇਰੇ ਅੰਦਰ ਰੋਟੀ ਨਹੀਂ ਲੰਘਦੀ ਡੋਰੀਮੋਨ ਦੇਖਦੇ ਹੋਏ ਨਾਲ ਹੀ ਖਾਵਾਂਗੇ ਰੋਟੀ ਮਾਤਾ ਸ਼੍ਰੀ ਆ ਰਹੀ ਅੰਦਰ ਮੰਮਾ ਰੋਟੀ ਲਿਆ ਦਿਓ ਲੱਸੀ ਦੇ ਦਿਓ ਨਾਲ ਮਲਾਈ ਵੀ ਦੇ ਦਿਓ ਰੋਟੀ ਦੇ ਲੂਣ ਪਾ ਦਿਓ ਕਾਲਾ ਪਾ ਦਿਓ ਅੱਜ ਤਾਂ ਮੈਂ ਕਿਹਾ ਨਿਆਰੇ ਹੋਣਗੇ ਲੱਸੀ ਮਿਲ ਰਹੀ ਹੈ ਅੱਜ ਨਾਲ ਰੋਟੀ ਦੇ ਅਤੇ ਇੱਧਰ ਅਸੀਂ ਦੇਖ ਰਹੇ ਨਾਲ ਨਾਲ ਡੋਰੀਮੋਨ ਅਤੇ ਰੋਟੀ ਖਾਣ ਤੋਂ ਬਾਅਦ ਅਸੀਂ ਤੁਹਾਨੂੰ ਮਿਲਦੇ ਦੁਬਾਰਾ ਬਾਬੇ ਉਹ ਆ ਚੁੱਕੀ ਆਪਣੀ ਰੋਟੀ ਅੱਜ ਹੈਗੀ ਹੈ ਆਲੂਆਂ ਦੀ ਸਬਜ਼ੀ ਨਾਲ ਮਲਾਈ ਮੈਂ ਖਾਣਾ ਹੁੰਦਾ ਅਤੇ ਆਹ ਹੈਗੀ ਸਾਡੀ ਲੱਸੀ ਮੈਂ ਕਿਹਾ ਲੱਸੀ ਨਾ ਹੁੰਦੀ ਯਾਰ ਪੂਰਾ ਜੀ ਬਾਬੇ ਉਹ ਲੰਗਰ ਪਾਣੀ ਛੱਕ ਕੇ ਅਸੀਂ ਆ ਗਏ ਹਾਂ ਦੁਬਾਰਾ ਦੁਕਾਨ 'ਤੇ ਅੱਜ ਥੋੜ੍ਹੀ ਗਰਮੀ 'ਚ ਲੱਗ ਰਹੀ ਇਸ ਕਰਕੇ ਅਸੀਂ ਚਲਾਇਆ ਪੱਖਾ ਦਿਨਾਂ 'ਚ ਬੜਾ ਬੋਰਿੰਗ ਜਿਹਾ ਲੱਗ ਰਿਹਾ ਨਾ ਕੋਈ ਕੰਮ ਹੈ ਨਾ ਕੁਛ ਵਿਹਲੇ ਬੈਠੇ ਹਾਂ ਅੱਜ ਬੜਾ ਬੋਰਿੰਗ ਦਿਨ ਹੈ ਤੁਹਾਨੂੰ ਵੀ ਸਾਰਿਆਂ ਨੂੰ ਲੱਗ ਰਿਹਾ ਮੈਨੂੰ ਇਕੱਲੇ ਲੱਗ ਰਿਹਾ ਚਲੋ ਮਿਲਿਆ ਥੋੜ੍ਹੀ ਦੇਰ ਤੱਕ ਗਿਰ ਬਾਈ ਕੀ ਛਾ ਕਰੇ ਹੋ ਬਾਈ ਬਸ ਨਜ਼ਾਰੇ ਆ ਬਾਬੇ ਨਿੱਕੇ ਭਾਅ ਨੂੰ ਆਇਆ ਤਾਂ ਨਜ਼ਾਰੇ ਹੀ ਆ ਛੱਕ ਕੀ ਰਹੇ ਹੋ ਬੂੰਦੀ ਭਾਅ ਜੀ ਬੂੰਦੀ ਸੰਤਰੀ ਰੰਗ ਦੀ ਬੂੰਦੀ ਸੰਤਰੀ ਨਹੀਂ ਹੈ ਭਾਅ ਜੀ ਇਹਨੂੰ ਯੈਲੋ ਕਹਿੰਦੇ ਨਹੀਂ ਭਾਈ ਆਪਾਂ ਸੰਤਰੀ ਕਹਿੰਦੇ ਮਿਕਸ ਵੈਜੀਟੇਬਲ ਭਾਅ ਜੀ ਮਹੀਨਾ ਇੱਕ ਪਹਿਲਾਂ ਬੂੰਦੀ ਆਏਗੀ ਇਹ ਹੋ ਗਈ ਖਰਾਬ ਖਰਾਬ ਆਪਾਂ ਹੀ ਖਾਣੀ ਹੈ ਫਿਰ ਹੋਰ ਕਹਿੰਦਾ ਖਾਏ ਨਿੱਕੇ ਭਾੜੇ ਲੱਡੂ ਖਾ ਲੈ ਆਪਾਂ ਡਸਟਬਿਨ 'ਚ ਇਹ ਮੈਂ ਬਾਹਰ ਕੁੱਤੇ ਨੂੰ ਪਾਉਣ ਲੱਗਾ ਨਹੀਂ ਮਰ ਗਈ ਤੇ ਕਹਿੰਦਾ ਮੈਨੂੰ ਪਾਓ ਬਸ ਇਹਦੇ ਕਰਕੇ ਇਹਨੂੰ ਖਲੋਣੀ ਪੈ ਖਲੋਣੀ ਪੈ ਬੂੰਦੀ ਮਹੀਨਾ ਪਹਿਲਾਂ ਦੀ ਭਾਈ ਠੀਕ ਠਾਕ ਹੋ ਭਾਈ ਠੀਕ ਠਾਕ ਬਸ ਨਜ਼ਾਰੇ ਆ ਬਾਬੇ ਇੱਥੇ ਨਜ਼ਾਰੇ ਡਾਟਾ ਸ਼ਰੀਰ ਲੱਗੇ ਨਜ਼ਾਰੇ ਆ ਮੈਂ ਕਿਹਾ ਚੱਕਰ ਤਾਂ ਨਹੀਂ ਆਉਂਦੇ ਚੱਕ ਕੇ ਇੱਥੇ ਦੁੱਧ ਲੈ ਜਾਣਾ ਵੇ ਕੀ ਪੇਸ਼ ਕਰ ਰਹੇ ਹੋ ਅੱਜ ਛੋਲੇ ਕੀ ਕਹਿ ਰਹੇ ਹੋ ਕੀ ਬੜਾ ਉਹਦੀ ਅੱਜ ਕੀ ਕਹਿ ਛੋਲੇ ਉਹ ਸਾਲਿਆ ਭਾਈ ਨੂੰ ਉਹ ਥੋੜੇ ਖਾ ਲੈ ਗੱਲ 'ਚ ਫਸ ਨਹੀਂ ਤੇਰੇ ਚਲ ਆਪ ਹੀ ਖਾਈ ਜਾਂਦਾ ਨਹੀਂ ਭਾਈ ਕੈਸਾ ਲੱਗ ਰਿਹਾ ਫਿਨਿਸ਼ਿੰਗ ਵੈਰੀ ਬੈਟਰ ਹਾਂਜੀ ਬਾਬੇ ਉਹ ਅੱਜ ਵਾਸਤੇ ਬਸ ਇੰਨਾ ਹੀ ਮਿਲਦੇ ਹੁਣ ਤੁਹਾਨੂੰ ਕੱਲ੍ਹੋਂ ਅਸੀਂ ਉਹ ਅੱਜ ਥੋੜ੍ਹਾ ਵਿਹਲੇ ਸੀਗੇ ਬੋਰ ਬਹੁਤ ਜ਼ਿਆਦਾ ਹੋ ਰਹੇ ਮੈਂ ਬਹੁਤਾ ਹੁਣ ਦਿਲ ਨਹੀਂ ਕਰ ਰਿਹਾ ਬਾਕੀ ਹੁਣ ਤੁਹਾਨੂੰ ਕੱਲ੍ਹੋਂ ਮਿਲਾਂਗੇ ਅਸੀਂ ਸਵੇਰੇ ਅੱਜ ਤਾਂ ਚਲੋ ਟਾਈਮ ਕੁਛ ਨਹੀਂ ਹੋਇਆ ਵੈਸੇ ਬਾਕੀ ਜੋ ਵੀ ਆਪਣਾ ਟਾਈਮ ਰਹੂਗਾ ਅੱਗੇ ਦਾ ਹੈ ਨਾ ਉਹ ਤੁਹਾਨੂੰ ਅਸੀਂ ਕੱਲ੍ਹ ਸਵੇਰੇ ਦੱਸਾਂਗੇ ਕੱਲ੍ਹ ਵਾਲੇ ਦੇ ਵਿੱਚ ਅਸੀਂ ਆਪਣਾ ਐਡ ਕਰ ਦਾਂਗੇ ਜਿੱਦਾਂ ਵੀ ਹੋਊਗਾ ਜੇ ਅੱਗੇ ਅੱਗੇ ਕਰਾਂਗੇ ਸ਼ੂਟ ਅਤੇ ਅੱਜ ਵਾਸਤੇ ਨਹੀਂ ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਵਿੱਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਇਹੀ ਤੁਹਾਨੂੰ ਸੇਮ ਨਾਮ ਤੋਂ ਤੁਹਾਨੂੰ ਇੰਸਟਾਗ੍ਰਾਮ 'ਤੇ ਵੀ ਮੇਰੀ ਆਈ ਡੀ ਮਿਲ ਜੂਗੀ ਉਹ 'ਤੇ ਵੀ ਦੇਖੋ ਫੋਲੋ ਕਰੋ ਬਾਕੀ ਸ਼ੇਅਰ ਕਰੋ ਮਿਲਦੇ ਹਾਂ ਅਗਲੇ ਵਲੌਗ 'ਚ